The Wire Tune. ਲੋਕ ਇਨਸਾਫ ਪਾਰਟੀ ਜਿਹੜੀ ਕਰਮ ਦੇ ਵਿੱਚ ਵਿਸ਼ਵਾਸ ਰੱਖਦੀ ਆ, ਅਖਬਾਰੀ ਫੋਕੇ ਬਿਆਨਾਂ ਦੇ ਵਿੱਚ ਨਹੀਂ, ਝੂਠੇ ਵਾਅਦਿਆਂ ਦੇ ਵਿੱਚ ਨਹੀਂ। ਲੋਕ ਇਨਸਾਫ ਪਾਰਟੀ ਦਾ ਮੁੱਢਲਾ ਸਿਧਾਂਤ ਆ ਕਰਪਸ਼ਨ, ਲੁੱਟ ਮਾਫੀਆ ਦੇ ਵਿਰੁੱਧ ਸੰਘਰਸ਼ ਕਰਦੇ ਹੋਏ ਪੰਜਾਬ ਨੂੰ ਰਿਸ਼ਵਤਖੋਰੀ ਅਤੇ ਲੁੱਟ ਮਾਫੀਆ ਤੋਂ ਮੁਕਤ ਕਰਨਾ। ਅੱਜ ਬਹੁਤ ਵੱਡੀ ਤਾਕਤ ਅਤੇ ਸ਼ਕਤੀ ਉਸ ਵੇਲੇ ਮਿਲੀ ਹੈ ਜਦੋਂ ਹੁਸ਼ਿਆਰਪੁਰ ਤੋਂ ਇੱਕ ਬਹੁਤ ਵੱਡਾ ਜਥਾ ਕਾਂਗਰਸ ਦੀ ਹਕੂਮਤ, ਕਾਂਗਰਸ ਪਾਰਟੀ ਨੂੰ ਛੱਡ ਕੇ ਸਰਦਾਰ ਅਵਤਾਰ ਸਿੰਘ ਡਾਂਡੀਆਂ, ਜਿਹੜੇ ਡਿਸਟ੍ਰਿਕਟ ਕਾਂਗਰਸ ਕਮੇਟੀ ਹੁਸ਼ਿਆਰਪੁਰ ਦੇ ਵਾਈਸ ਪ੍ਰਧਾਨ, ਰਾਜਨੀਤਿਕ ਸੂਚਨਾ ਸੈੱਲ ਪੰਜਾਬ ਕਾਂਗਰਸ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਵਾਈਸ ਚੇਅਰਮੈਨ ਆਪਣੇ ਬਹੁਤ ਸਾਰੇ ਸਾਥੀਆਂ ਸਮੇਤ, ਜਿਨ੍ਹਾਂ ਦੇ ਵਿੱਚ ਸਾਬਕਾ ਸਰਪੰਚ, ਬਲਾਕ ਸੰਮਤੀ ਦੇ ਸਾਬਕਾ ਮੈਂਬਰ, ਪੰਚ ਸਾਹਿਬਾਨ, ਆਪਣੇ ਬਹੁਤ ਸਾਰੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕੇ ਲੋਕ ਇਨਸਾਫ ਪਾਰਟੀ 'ਚ ਸ਼ਾਮਲ ਹੋਏ। ਬਹੁਤ ਵੱਡਾ ਬਲ ਅਤੇ ਸ਼ਕਤੀ, ਜਦੋਂ 6 ਲੋਕ ਸਾਥ ਦਿੰਦੇ ਆ ਤਾਂ ਫਿਰ ਇੱਕ ਬਹੁਤ ਵੱਡੀ ਸ਼ਕਤੀ ਮਿਲਦੀ ਹੈ। ਕਾਂਗਰਸ ਦਾ ਕਾਊਂਟਡਾਊਨ ਆ ਦੋਸਤੋ, ਤੁਹਾਨੂੰ ਯਾਦ ਹੋਊਗਾ 2014 ਦੇ ਵਿੱਚ ਅਕਾਲੀ ਦਲ BJP ਦੀ ਗੌਰਮੈਂਟ MP ਇਲੈਕਸ਼ਨ ਤੋਂ ਬਾਅਦ ਬਹੁਤ ਤੇਜ਼ੀ ਦੇ ਨਾਲ ਗ੍ਰਾਫ ਥੱਲੇ ਗਿਰਨਾ ਸ਼ੁਰੂ ਹੋਇਆ ਸੀ। ਅਸਲ ਕਹਾਣੀ 2019 MP ਦੀ ਇਲੈਕਸ਼ਨ ਕਾਊਂਟਡਾਊਨ ਸਟਾਰਟ ਹੋਇਆ ਪਿਛਲੇ ਦਿਨਾਂ ਦੇ ਵਿੱਚ ਲੁਧਿਆਣੇ 'ਚੋਂ ਕਿੰਨੇ ਸੀਨੀਅਰ ਕਾਂਗਰਸ ਲੀਡਰ ਕਾਂਗਰਸ ਨੂੰ ਛੱਡ ਕੇ, ਸਰਕਾਰ ਨੂੰ ਛੱਡ ਕੇ ਲੋਕ ਇਨਸਾਫ ਪਾਰਟੀ 'ਚ ਸ਼ਾਮਲ ਹੋਏ। ਹੁਸ਼ਿਆਰਪੁਰ ਤੋਂ ਬਹੁਤ ਸਾਰੇ ਸਾਥੀ ਛੱਡ ਕੇ ਲੋਕ ਇਨਸਾਫ ਪਾਰਟੀ 'ਚ ਸ਼ਾਮਲ ਹੋਏ। ਪਿਛਲੇ ਦਿਨੀ ਫਗਵਾੜਾ ਦੇ ਅੰਦਰ, ਜਲੰਧਰ ਦੇ ਅੰਦਰ, ਮਤਲਬ ਕਿ ਪੈਨ ਪੰਜਾਬ ਕਾਂਗਰਸ ਪਾਰਟੀ ਨੂੰ ਛੱਡ ਕੇ ਲੋਕ ਇਨਸਾਫ ਪਾਰਟੀ 'ਚ ਵੱਡੀ ਪੱਧਰ 'ਤੇ ਇਮਾਨਦਾਰ ਲੋਕਾਂ ਦਾ ਸ਼ਾਮਲ ਹੋਣਾ ਸੰਕੇਤ ਕਰਦਾ ਕਿ ਕਾਂਗਰਸ ਪਾਰਟੀ ਦਾ ਗ੍ਰਾਫ ਐਂਟੀ ਇਨਕੰਬੈਂਸੀ ਆਫ ਗਵਰਨਮੈਂਟ ਇਹ ਡੇ ਬਾਈ ਡੇ ਵੱਧ ਰਿਹਾ। ਸੋ ਅੱਜ ਇੱਥੇ ਇਹਨਾਂ ਦੇ ਆਉਣ ਨਾਲ ਇੱਕ ਬਲ ਅਤੇ ਤਾਕਤ ਹੈ, ਜਿਹੜੀ ਅਸੀਂ ਸਾਡਾ ਪਾਣੀ ਸਾਡਾ ਹੱਕ ਲੋਕ ਇਨਸਾਫ ਪਾਰਟੀ ਨੇ ਜਨ ਅੰਦੋਲਨ ਦੀ ਸ਼ੁਰੂਆਤ 12 ਤਰੀਕ ਤੋਂ ਕਰਨੀ ਹੈ। 21 ਲੱਖ ਪੰਜਾਬੀਆਂ ਦੇ ਸਾਈਨ ਕਰਾ ਕੇ ਇੱਕ ਪਟੀਸ਼ਨ ਪੰਜਾਬ ਵਿਧਾਨ ਸਭਾ ਦੇ ਅੰਦਰ ਮਾਨਯੋਗ ਪਟੀਸ਼ਨ ਕਮੇਟੀ ਦੇ ਕੋਲ ਅਸੀਂ ਦਾਖਲ ਕਰਨੀ ਹੈ ਤਾਂ ਜੋ ਪੰਜਾਬ ਦੀ ਧਰਤੀ ਨੂੰ ਬੰਜਰ ਹੋਣ ਤੋਂ ਬਚਾ ਸਕੀਏ। ਰਾਜਸਥਾਨ ਨੂੰ ਜਾ ਰਿਹਾ ਮੁਫ਼ਤ ਦੇ ਵਿੱਚ ਪਾਣੀ ਜਾਂ ਕੀਮਤ 16 ਲੱਖ ਕਰੋੜ, ਅਤੇ ਜਾਂ ਪਾਣੀ ਬੰਦ ਕਰਕੇ ਇਹ ਪਾਣੀ ਪੰਜਾਬ ਦੇ ਕਿਸਾਨ ਨੂੰ ਦਿਓ ਤਾਂ ਜੋ ਪੰਜਾਬ ਦਾ ਕਿਸਾਨ ਜਿਹੜਾ ਲੱਖਾਂ ਟਿਊਬਵੈੱਲ ਧਰਤੀ ਹੇਠਲੇ ਪਾਣੀ ਨੂੰ ਖੇਤੀਬਾੜੀ ਵਰਤੋਂ ਵਿੱਚ ਲਿਆਉਣ ਵਾਸਤੇ ਵਰਤ ਰਿਹਾ ਉਹ ਬੰਦ ਕੀਤੇ ਜਾ ਸਕਣ। ਇਹਨਾਂ ਦੇ ਆਉਣ ਨਾਲ ਦੁਆਬਾ ਰੀਜਨ ਦੇ ਵਿੱਚ ਤਾਕਤ ਸ਼ਕਤੀ ਮਿਲੀ ਸਾਡੇ ਦੁਆਬਾ ਦੇ ਇੰਚਾਰਜ ਲੋਕ ਇਨਸਾਫ ਪਾਰਟੀ ਦੇ SC ਵਿੰਗ ਦੇ ਪ੍ਰਧਾਨ ਸ਼੍ਰੀ ਜਰਨੈਲ ਨੰਗਲ ਜੀ, ਜਿਹੜੇ ਬਹੁਤ ਤਕੜੇ ਹੋ ਕੇ ਗ੍ਰਾਸਰੂਟ ਲੈਵਲ 'ਤੇ ਲੋਕਾਂ ਦੇ ਦੁੱਖ ਦਰਦ ਦੇ ਵਿੱਚ ਸ਼ਾਮਲ ਹੋ ਕੇ ਬੇਈਮਾਨਾ ਤੰਤਰ ਨੂੰ ਨਕੇਲ ਪਾਉਂਦੇ ਆ, ਚਾਹੇ ਉਹ SC ਪੋਸਟ ਮੈਟ੍ਰਿਕ ਸਕੋਲਰਸ਼ਿਪ ਸਕੀਮ ਹੋਵੇ, ਚਾਹੇ ਕੋਈ ਠੱਗੀ ਠੋਰੀ ਸਰਕਾਰ ਦੀ ਹੋਵੇ, ਚਾਹੇ ਉਹ ਕਰਪਸ਼ਨ ਹੋਵੇ ਕਿਤੇ ਕਿਸੇ ਪੱਧਰ ਦੀ। ਸੋ ਮੈਂ ਇਹਨਾਂ ਦੋਸਤਾਂ ਨੂੰ ਜੀ ਆਇਆਂ ਆਖਦਾ, ਵਿਸ਼ਵਾਸ ਦਵਾਉਂਦਾ ਵੀ ਜਿਹੜੀ ਭਾਵਨਾ ਨਾਲ ਤੁਸੀਂ ਸ਼ਮੂਲੀਅਤ ਕੀਤੀ ਆ, ਕਿਤੇ ਸਮਾਜ ਦੇ ਅੰਦਰ ਤੁਹਾਨੂੰ ਇਸ ਤੁਹਾਡੇ ਫੈਸਲੇ ਨੂੰ ਲੈ ਕੇ ਕੋਈ ਨੁਕਤਾਚੀ ਨਹੀਂ ਕਰੂਗਾ, ਸਾਰੇ ਐਪਰੀਸ਼ੀਏਟ ਕਰਨਗੇ ਵੀ ਚੰਗਾ ਫੈਸਲਾ ਲਿਆ, ਵਧੀਆ ਫੈਸਲਾ ਲਿਆ। ਸੋ ਬਹੁਤ ਬਹੁਤ ਸ਼ੁਕਰੀਆ, ਮੈਂ ਇਹਨਾਂ ਦਾ ਰਿਣੀ। ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਚੰਡੀਗੜ੍ਹ ਜਾ ਕੇ ਆਪਣੀ ਗੱਲ ਕਹਿਣ ਗਏ ਸੀ, ਮੈਮੋਰੈਂਡਮ ਦੇਣ ਗਏ ਸੀ, ਪਰ ਉੱਥੇ ਪਾਣੀ ਦੀਆਂ ਵਿਛਾੜਾਂ ਕੀਤੀਆਂ ਗਈਆਂ। ਇਕੱਲੀਆਂ ਪਾਣੀ ਦੀਆਂ ਵਿਛਾੜਾਂ ਨਹੀਂ, ਬਹੁਤ ਵੱਡਾ ਤਸ਼ੱਦਦ ਢਾਇਆ ਗਿਆ, ਇਕੱਲਾ ਲੋਕ ਇਨਸਾਫ ਪਾਰਟੀ ਦੇ ਸਾਥੀਆਂ 'ਤੇ ਨਹੀਂ, ਦੋ ਪੱਤਰਕਾਰ ਬੁਰੀ ਤਰ੍ਹਾਂ ਜ਼ਖਮੀ ਹੋਏ, ਤੁਸੀਂ ਅਖਬਾਰਾਂ ਦੇ ਵਿੱਚ ਪੜ੍ਹਿਆ। ਹੁਣ ਇਹ ਦੱਸੋ ਵੀ ਸਾਡੇ ਮੰਗ ਪੱਤਰ ਦੇ ਵਿੱਚ ਕਿਹੜਾ ਕੋਈ ਬੰਬ ਵਲੇਟਿਆ ਸੀ?
ਵੀ ਜੇ ਉਹ ਮੁੱਖ ਮੰਤਰੀ ਦੇ ਸੀਐਮ ਰੈਜੀਡੈਂਸ ਤੇ ਚਲੇ ਜਾਂਦਾ ਤੇ ਉਹ ਬੰਬ ਫਟ ਜਾਂਦਾ। ਮੁੱਖ ਮੰਤਰੀ ਜੀ ਦਾ ਪੁਲਿਸ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਨੂੰ ਸਖਤ ਹੁਕਮ ਸੀ ਵੀ ਇਹਨਾਂ ਦੀ ਗੱਲ ਨਾ ਸੁਣੋ ਤਾਂ ਕਿ ਇਹ ਮਸਲਾ ਲੋਕਾਂ ਦੀ ਕਚਹਿਰੀ 'ਚ ਨਾ ਜਾਵੇ। ਮੂਸਾ ਭੱਜਿਆ ਮੌਤੋਂ ਤੇ ਮੌਤ ਮੂਹਰੇ ਖੜੀ, ਸਮਾਨ 'ਚੋਂ ਡਿੱਗਿਆ ਅਤੇ ਖਜੂਰ 'ਚੋਂ ਲਟਕਿਆ, ਇਸ ਨਾਦਰਸ਼ਾਹੀ ਧੱਕੇਸ਼ਾਹੀ ਤਸ਼ੱਦਦ ਕਾਰਨ ਪੂਰੀ ਦੁਨੀਆ 'ਚ ਵੱਸਦੇ ਪੰਜਾਬੀਆਂ ਦਾ ਧਿਆਨ ਇਸ ਅਹਿਮ ਇਸ਼ੂ ਦੇ ਉੱਤੇ ਗਿਆ ਕਿ ਪਾਣੀਆਂ ਦੀ ਅਸਲੀਅਤ ਹੈ ਕੀ ਆ ਬਈ, ਕਿਉਂ ਪੁਲਿਸ ਇੰਨਾ ਕੁੱਟ ਰਹੀ ਹੈ, ਕਿਉਂ ਪੁਲਿਸ ਪੱਤਰਕਾਰਾਂ ਦੇ ਉੱਤੇ ਤਸ਼ੱਦਦ ਢਾ ਰਹੀ ਹੈ। ਸਾਨੂੰ ਕੋਈ ਫਰਕ ਨਹੀਂ ਗਾ, ਜਦੋਂ ਸੱਚਾਈ ਦੇ ਰਸਤੇ 'ਤੇ ਤੁਰਨਾ ਤਾਂ ਫਿਰ ਕੰਡਿਆਂ ਦੀਆਂ ਸੇਜਾਂ ਆਉਂਦੀਆਂ ਨੇ, ਬੜਾ ਔਖਾ। ਗੁਰੂ ਦੀ ਕਿਰਪਾ, ਲੋਕਾਂ ਦੀਆਂ ਦੁਆਵਾਂ 'ਤੇ ਹੱਲਾ ਸ਼ੇਰੀਆਂ, ਅਸੀਂ ਡਰਨ ਵਾਲੇ ਨਹੀਂ ਗਏ। ਪੁਲਿਸ ਨੇ ਤਸ਼ੱਦਦ ਢਾ ਲਿਆ, ਫੜ ਕੇ ਥਾਣੇ ਬੰਦ ਕਰ ਲਿਆ ਅਤੇ ਅਸੀਂ ਲੋਕ ਇਨਸਾਫ ਪਾਰਟੀ ਵੱਲੋਂ ਜਨ ਅੰਦੋਲਨ ਦੀ ਸ਼ੁਰੂਆਤ ਕੀਤੀ। ਕੱਲ੍ਹ ਜਲੰਧਰ 'ਚ ਪ੍ਰੈਸ ਕਾਨਫਰੰਸ ਕੀਤੀ ਹੈ, ਸਾਡਾ ਪਾਣੀ ਸਾਡਾ ਹੱਕ, 21 ਲੱਖ ਲੋਕਾਂ ਦੇ ਸਾਈਨ ਕਰਾ ਕੇ ਇਹਨਾਂ ਸਰਕਾਰਾਂ ਨੂੰ ਮਜਬੂਰ ਕਰਾਂਗੇ ਅਤੇ ਪੰਜਾਬ ਦੇ ਲੋਕਾਂ ਨੂੰ ਦੱਸਾਂਗੇ ਵੀ ਪੰਜਾਬੀ ਉਹ ਤੁਹਾਡਾ ਹੱਕ ਅਤੇ ਹਕੂਕ ਜੇ ਤੁਸੀਂ ਲੈਣ 'ਚ ਸਫਲ ਹੋ ਗਏ ਨਾ, ਜਿਹੜਾ ਕਾਨੂੰਨ ਅਤੇ ਕੁਦਰਤੀ ਹੱਕ ਆ ਤੁਹਾਡਾ, ਫਿਰ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਸੂਬੇ ਦੇ ਵਾਰਸ ਬਣ ਸਕਦੇ ਹੋ। 16 ਲੱਖ ਕਰੋੜ ਪੰਜਾਬ ਦੇ ਸਿਰ 'ਤੇ ਕਰਜ਼ਾ ਕਿੰਨਾ, ਸਿਰਫ 3 ਲੱਖ ਕਰੋੜ, ਕਿਸਾਨ ਦੇ ਸਿਰ 'ਤੇ ਕਰਜ਼ਾ 1 ਲੱਖ ਕਰੋੜ, 4 ਲੱਖ ਕਰੋੜ ਜੇ 16 ਲੱਖ ਕਰੋੜ 'ਚੋਂ ਘਟਾ ਦਈਏ ਤਾਂ 12 ਲੱਖ ਕਰੋੜ ਰੁਪਈਆ ਸੂਬੇ ਦੇ ਸਰਕਾਰੀ ਖਜ਼ਾਨੇ ਦੇ ਵਿੱਚ ਸਰਪਲਸ ਹੈ। 12 ਲੱਖ ਕਰੋੜ ਰੁਪਈਏ ਦੇ ਵਿਆਜ ਦੇ ਨਾਲ ਕਿਸਾਨ ਨਾ ਝੋਨਾ ਬੀਜੇ ਨਾ ਕਣਕ ਬੀਜੇ, ਜਿੰਨੀ ਉਹਦਾ ਪ੍ਰੋਫਿਟ ਹੈਗਾ ਝੋਨੇ ਅਤੇ ਝੋਨੇ ਐਂਡ ਕਣਕ ਦੀ ਫਸਲ ਦੇ ਵਿੱਚੋਂ, ਉਹਦੇ ਨਾਲੋਂ ਵੱਧ ਪੈਸੇ ਕਿਸਾਨ ਨੂੰ ਦਿੱਤੇ ਜਾ ਸਕਦੇ ਆ। ਫੋਟਸ ਅਤੇ ਪੋਲੋ ਵਰਗੀਆਂ ਸਿਹਤ ਸਹੂਲਤਾਂ ਮੁਫਤ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾ ਸਕਦੀਆਂ ਨੇ। ਕਾਨਵੈਂਟ ਸਕੂਲ, ਪ੍ਰਾਈਵੇਟ ਕਾਲਜ ਅਤੇ ਯੂਨੀਵਰਸਿਟੀਆਂ ਦੀ ਵਿੱਦਿਆ, ਮਿਆਰੀ ਵਿੱਦਿਆ ਪੰਜਾਬ ਦੇ ਬੱਚਿਆਂ ਨੂੰ ਫ੍ਰੀ ਦਿੱਤੀ ਜਾ ਸਕਦੀ ਹੈ, ਬੇਘਰੇ ਲੋਕਾਂ ਨੂੰ ਘਰ ਦਿੱਤੇ ਜਾ ਸਕਦੇ ਆ, ਪੰਜਾਬ ਨੂੰ ਟੈਕਸ ਮੁਕਤ ਸੂਬਾ ਬਣਾਇਆ ਜਾ ਸਕਦਾ। ਲੜਾਈ ਲੜਦੇ ਆ ਨਾ ਜਿਹੜੇ ਇੰਡਸਟਰੀਲਿਸਟ ਵਪਾਰੀ ਆ ਵੀ ਗੁਆਂਢੀ ਸੂਬਿਆਂ ਨੂੰ ਰਿਆਇਤਾਂ ਦੇ ਦਿੱਤੀਆਂ ਜੀ, ਇੰਡਸਟਰੀ ਸਾਰੀ ਸ਼ਿਫਟ ਹੋ ਕੇ ਚਲੇ ਗਈ, ਆਪਣੇ ਇੱਥੇ ਹੀਰੋ ਏਵਨ ਵੱਡੀਆਂ ਵੱਡੀਆਂ ਕੰਪਨੀਆਂ ਬਾਹਰ ਜਾ ਰਹੀਆਂ ਨੇ। ਪੰਜਾਬ ਸਟੇਟ ਟੈਕਸ ਫ੍ਰੀ ਸਟੇਟ ਹੋ ਸਕਦਾ ਜੇ ਪਾਣੀ ਦੀ ਕੀਮਤ ਲੈਣ ਦੇ ਵਿੱਚ ਅਸੀਂ ਸਫਲ ਹੋ ਗਏ। ਇਹ ਗੱਲ ਅਸੀਂ ਹਰ ਘਰ ਦਾ ਦਰਵਾਜ਼ਾ ਖੜਕਾਵਾਂਗੇ, ਉਹ ਕਿਸੇ ਧਰਮ ਦਾ, ਉਹ ਕਿਸੇ ਪਾਰਟੀ ਨਾਲ ਸੰਬੰਧਿਤ ਘਰ, ਉਹਨੂੰ ਦੱਸਾਂਗੇ ਵੀ ਭਾਈ ਇਹ ਪੰਜਾਬ ਦੀ ਗੱਲ ਹੈ, ਰਾਜਨੀਤੀ ਨਹੀਂ, ਵੋਟ ਜਿਹਨੂੰ ਮਰਜ਼ੀ ਪਾ ਲਿਓ, ਪਰ ਮਜਬੂਰ ਕਰ ਦਿਓ ਇਹਨਾਂ ਪਾਰਟੀਆਂ ਨੂੰ, ਜਿਹੜਾ ਵੋਟ ਲੈਣ ਆਵੇ ਉਹਨੂੰ ਪੁੱਛੋ ਜ਼ਰੂਰ ਵੀ ਭਾਈ ਤੇਰੀ ਪਾਰਟੀ, ਵੋਟ ਦੇ ਦਿਆਂਗੇ ਤੇਰੀ ਪਾਰਟੀ ਪੰਜਾਬ ਦੇ ਪਾਣੀਆਂ ਦੀ ਕੀਮਤ ਲਊਗੀ ਕਿ ਨਹੀਂ ਲਊਗੀ। ਹਰਿਆਣੇ ਦਾ ਮੁੱਖ ਮੰਤਰੀ ਖੱਟਰ ਸਾਹਿਬ ਕੇਜਰੀਵਾਲ ਗਵਰਨਮੈਂਟ ਨੂੰ ਬਿੱਲ ਬਣਾ ਕੇ ਭੇਜਦਾ ਵੀ ਪਾਣੀ ਤੈਨੂੰ ਜਾਂਦਾ, ਪੈਸੇ ਦੇ ਦੇ, ਨਹੀਂ ਤੇਰਾ ਪਾਣੀ ਬੰਦ ਕਰ ਦਿਆਂਗੇ। ਅਤੇ ਕੇਜਰੀਵਾਲ ਸਰਕਾਰ ਨੂੰ ਮਜਬੂਰੀ ਬਸ ਖੱਟਰ ਸਰਕਾਰ ਨੂੰ ਪੈਸੇ ਦੋਸਤੋ ਪਾਣੀ ਦੇ ਭੇਜਣੇ ਪਏ ਆ, ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਕੀ ਪ੍ਰੋਬਲਮ ਆ। ਜਦਕਿ 16 ਨਵੰਬਰ 2016 ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ ਚਾਹੇ ਬੈਂਸ ਨੂੰ 2 ਵਾਰ ਮਾਰਸ਼ਲਾਂ ਤੋਂ ਵਿਧਾਨ ਸਭਾ 'ਚ ਕੁੱਟ ਖਾਣੀ ਪਈ, ਪਰ ਪਾਸ ਕਰਾਇਆ ਨਾ, ਕਾਨੂੰਨ ਬਣ ਗਿਆ ਵੀ ਅਸੀਂ ਪਾਣੀ ਦੀ ਕੀਮਤ ਦੇ ਪੈਸੇ ਵਸੂਲਣੇ ਆ, ਫਿਰ ਬਿੱਲ ਬਣਾ ਕੇ ਕਿਉਂ ਨਹੀਂ ਭੇਜਦੇ? ਕਿਉਂਕਿ ਉੱਥੇ ਕਾਂਗਰਸ ਦੀ ਸਰਕਾਰ ਹੈ, ਪਹਿਲਾਂ ਬੀਜੇਪੀ ਦੀ ਸਰਕਾਰ ਸੀ ਅਤੇ ਪੰਜਾਬ ਦੇ ਵਿੱਚ ਵੀ ਬੀਜੇਪੀ, ਅਕਾਲੀ ਦਲ ਕੇਂਦਰ ਦੇ ਵਿੱਚ ਵੀ ਬੀਜੇਪੀ। ਰਾਜਨੀਤਿਕ ਸੱਤਾ ਪ੍ਰਾਪਤੀ ਵਾਸਤੇ ਤੁਸੀਂ ਪੰਜਾਬ ਨਾਲ ਗਦਾਰੀ ਕਰੋ, ਤੁਸੀਂ ਪੰਜਾਬ ਦੇ ਹਕੂਕ ਛਿੱਕੇ ਟੰਗੋ। ਇਸ ਗੱਲ ਨੂੰ ਲੈ ਕੇ ਅਸੀਂ ਇਹ ਜਿਹੜਾ ਜਨ ਅੰਦੋਲਨ ਸਟਾਰਟ ਕੀਤਾ ਪੰਜਾਬੀਆਂ ਨੂੰ ਜਗਾਉਣ ਵਾਸਤੇ, ਜਾਗਰੂਕ ਕਰਨ ਵਾਸਤੇ, ਆਪਣਾ ਹੱਕ ਅਤੇ ਹਕੂਕ ਦੱਸਣ ਵਾਸਤੇ ਅਤੇ ਸਰਕਾਰਾਂ ਨੂੰ ਮਜਬੂਰ ਕਰਨ ਵਾਸਤੇ। ਇਹ ਅਸੀਂ 2 ਮਹੀਨੇ ਦੇ ਵਿੱਚ 21 ਲੱਖ ਪੰਜਾਬੀਆਂ ਤੋਂ ਸਿਗਨੇਚਰ ਦਸਖਤੀ ਮੁਹਿੰਮ
12 ਤਰੀਕ ਤੋਂ ਸਟਾਰਟ ਕਰਨ ਜਾ ਰਹੇ ਹਾਂ। ਗੁਰੂ ਕਿਰਪਾ ਕਰੇ ਅਸੀਂ ਇਸ ਟੀਚੇ ਦੇ ਵਿੱਚ ਸਮੂਹ ਪੰਜਾਬੀਆਂ ਦਾ ਸਾਥ ਲੈ ਕੇ ਸਫਲ ਹੋਈਏ। ਲਾਸਟ ਸਵਾਲ ਹੈ, ਬਜਟ ਪਾਸ ਹੋਇਆ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਫਿਰ ਵਧ ਗਈਆਂ ਨੇ, ਆਮ ਲੋਕਾਂ ਦੇ ਮਹਿੰਗਾਈ ਦੀ ਮਾਰ ਪਈ ਹੈ, ਤੁਹਾਡਾ ਕੀ ਰਿਐਕਸ਼ਨ ਹੈ? ਤੇ ਹੁਣ ਮੋਦੀ ਨੂੰ ਪ੍ਰਧਾਨ ਮੰਤਰੀ ਬਣਾ ਤਾ ਲੋਕਾਂ ਨੇ, ਹੁਣ ਉਹ 5 ਸਾਲ ਜੋ ਮਰਜ਼ੀ ਆ ਕਰੇ, ਹੁਣ ਡੰਡੇ ਨਾਲ ਕੁੱਟੇ ਭਾਵਾਂ 1 ਰੁਪਈਆ ਛੱਡ ਕੇ 10 ਰੁਪਈਏ ਵਧਾ ਦੇਵੇ, ਜਦੋਂ ਅਸੀਂ ਆਪਣੇ ਹੱਥ ਵੱਢ ਕੇ ਤਾਂ ਖੁਦ ਉਹਨੂੰ ਦੇ ਤੇ ਉਹਨੂੰ ਸ਼ਾਨਾ ਮਤਾ ਗੋਲਡਨ ਐਬਸੋਲਿਊਟ ਮਜੋਰਿਟੀ ਦੇਸ਼ ਦੇ ਲੋਕਾਂ ਨੇ ਦਿੱਤੀ ਹੈ ਨਾ। ਇਹ ਤੁਸੀਂ ਅੱਗੇ ਅੱਗੇ ਦੇਖੋ ਇਹ ਕਰਦੇ ਕੀ ਹੈ, ਇਹਨਾਂ ਦੇ ਹਾਲ ਹਾਲਾਤ ਚੱਜ ਕੀ ਹੋਣੇ ਆ, ਹਜੇ ਤਾਂ ਟ੍ਰੇਲਰ ਚੱਲਿਆ, ਹਜੇ ਫਿਲਮ ਚਲਾਉਣੀ ਹੈ ਇਹਨਾਂ ਨੇ। ਅੱਜ ਗਰੀਬ ਜਿਹੜਾ ਉਹ ਆਤਰ ਹੈ, ਵਿਚਾਰਾ ਡਿਊਟੀ 'ਤੇ ਜਾਣ ਲੱਗਦਾ ਮੋਟਰਸਾਈਕਲ ਦੇ ਵਿੱਚ ਤੇਲ ਦੇਖਦਾ ਵੀ ਤੇਲ ਤਾਂ ਹੋਰ ਮਹਿੰਗਾ ਹੋ ਗਿਆ। ਕਿਹੜੇ ਵਰਗ ਨੂੰ ਰਿਆਇਤ ਦਿੱਤੀ ਹੈ? ਆਹ ਦੇ ਤਾ ਜੀ ਸ਼ੌਚਾਲਿਆ, ਲੈ ਦੱਸੋ ਸ਼ੌਚਾਲਿਆ ਕਿਹੜੀ ਸਕੀਮਾਂ 'ਚੋਂ ਸਕੀਮ ਹੈਗੀ ਹੈ? ਆਉਣ ਵਾਲੇ ਦਿਨਾਂ ਦੇ ਵਿੱਚ ਇਹ ਡਿਕਟੇਟਰ ਬਣਨਗੇ, ਡਿਕਟੇਟਰ ਮੇਰੀ ਗੱਲ ਨੋਟ ਕਰ ਲਿਓ, ਮੋਦੀ ਐਂਡ ਕੰਪਨੀ, ਅਮਿਤ ਸ਼ਾਹ ਐਂਡ ਕੰਪਨੀ, ਕੇਂਦਰ ਸਰਕਾਰ ਡਿਕਟੇਟਰ ਬਣੇਗੀ। ਇਹ ਜਿਹੜਾ ਧਰੁਵੀਕਰਨ ਕੀਤਾ ਨਾ ਇਹਨਾਂ ਨੇ ਦੇਸ਼ ਦੇ ਅੰਦਰ, ਇਹ ਬੜਾ ਖਤਰਨਾਕ ਆ। ਮਤਲਬ ਕਿ ਬਾਕੀ ਜਿਹੜੀਆਂ ਘੱਟ ਗਿਣਤੀ ਮਿਨੋਰਿਟੀਜ਼ ਨੇ ਉਹ ਵੱਖ ਕਰਤੀਆਂ ਹਿੰਦੂ ਤਬ ਦਾ ਕਾਰਡ, ਇਹ ਦੇਸ਼ ਵਾਸਤੇ ਅਤਿਅੰਤ ਘਾਤਕ ਹੈ। ਇਹਨਾਂ ਦੇ ਮਨ ਦੀ ਪ੍ਰਵਿਰਤੀ ਡਿਕਟੇਟਰ ਬਣ ਰਹੀ ਹੈ ਵੀ ਸਾਡੇ ਕੋਲ ਤਾਂ ਲੋਕ ਹੀ ਬਹੁਤ ਨੇ, ਡਿਕਟੇਟਰ ਬਣ ਕੇ ਜੋ ਮਰਜ਼ੀ ਫੈਸਲਾ ਲਾ ਦਿਓ। ਹੁਣ ਜਿਹੜੇ ਵਰਗ ਦਾ ਧਰੁਵੀਕਰਨ ਕੀਤਾ ਇਹ ਬਜਟ ਉਹਨਾਂ ਵਾਸਤੇ ਵੀ ਹੈ ਜਿਹੜਾ ਹਿੰਦੂ ਤਬ ਦਾ ਕਾਰਡ ਖੇਡਦੇ ਨਾ ਭਗਵਾਂ, ਇਹ ਬਜਟ ਦੀ ਜਿਹੜੀ ਤਿੱਖੀ ਧਾਰ ਉਹਨਾਂ 'ਤੇ ਵੀ ਵੱਜ ਰਹੀ ਹੈ। ਸੋ ਇਹ ਬਜਟ ਨਹੀਂ ਗਾ, ਇਹ ਲੋਕਾਂ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਕੇਤ ਕੀਤਾ, ਟ੍ਰੇਲਰ ਦਿਖਾਇਆ ਵੀ ਤਿਆਰ ਹੋ ਜਾਓ, ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਡੇ 'ਤੇ ਹੋਰ ਭਾਰ ਲੱਦਣਾ। ਮੈਂ ਸਰ ਹਲਕਾ ਚੱਬੇਵਾਲ ਜੋ ਕਿ ਪਿਛਲੇ ਲੰਬੇ ਸਮੇਂ ਤੋਂ